ਸਿਵਲ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕੀਤਾ ਜਾਏਗਾ। ਬੀਜੇਪੀ ਸਰਕਾਰ ਕਹਿੰਦੀ ਅਸੀਂ ਮੈਡੀਕਲ ਕਾਲਜ ਲਿਆਂਦਾ, ਕਾਂਗਰਸ ਕਹਿੰਦੀ ਅਸੀਂ ਕਾਲਜ ਲਿਆਂਦਾ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਸਰਕਾਰ ਲਿਆਂਦਾ। ਇਹ ਹੁਣ ਪਤਾ ਨਹੀਂ ਲੱਗਦਾ ਕੀ ਹੁੰਦਾ, ਕਾਲਜ ਲਿਆਂਦਾ ਵਾ ਕਿ ਸ਼ਾਇਦ ਇੱਥੇ ਸਰਕਸ ਲਿਆਂਦੀ, ਕਦੀ ਇੱਥੇ ਸਰਕਸ ਲੱਗ ਜਾਂਦੀ ਆ, ਕਦੀ ਇੱਥੇ ਪਟਾਕੇ ਲੱਗ ਜਾਂਦੇ ਆ। ਪਿਛਲੇ ਦਿਨੀ ਸੀਐਮ ਭਗਵੰਤ ਮਾਨ ਵੀ ਆਏ ਸੀਗੇ ਇੱਥੇ ਦਾ ਉਦਘਾਟਨ ਕਰਨ ਕਿ ਜਿਹੜਾ ਕਿ ਕਾਲਜ ਆ ਇਹ ਮੈਡੀਕਲ ਕਾਲਜ ਕਿਤਾਬਾਂ ਦੇ ਵਿੱਚ ਹੀ ਤੁਰਿਆ ਰਿਹਾ। ਮੈਂ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਸਾਹਿਬ ਇੱਥੇ ਨਕਸ਼ੇ ਪਾਸਦਾਂ ਦੇ ਸਭ ਕੁਝ ਕਰਕੇ ਗਏ ਆ, ਅਤੇ ਅਸੀਂ ਸੋਚਦੇ ਸਾਰੇ ਕਪੂਰਥਲਾ ਵਾਲੇ ਕਿ ਇੱਥੇ ਸਾਡਾ ਮੈਡੀਕਲ ਕਾਲਜ ਬਣੂਗਾ, ਅਤੇ ਹੁਣ ਦੇਖ ਹੀ ਰਹੇ ਅਸੀਂ ਇੱਥੇ ਸਰਕਸਾਂ ਚੱਲ ਰਹੀਆਂ ਵਾ। ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹਨਾਂ ਨੇ ਫਿਰੋਜ਼ਪੁਰ ਪਿਛਲੇ ਸਾਲ ਜਿਹੜੇ ਆਏ ਸੀ ਉੱਥੇ ਇੱਕ ਲੋਕਾਂ ਨੂੰ ਸਹੂਲਤ ਦਿੱਤੀ, ਉੱਥੇ ਮੈਡੀਕਲ ਕਾਲਜ ਬਣ ਗਿਆ। ਉਦੋਂ ਬਾਅਦ ਜਦੋਂ ਬਾਰਿਸ਼ ਬਹੁਤ ਹੋ ਰਹੀ ਸੀ ਉਹਨਾਂ ਨੇ ਕਪੂਰਥਲਾ ਨੂੰ ਆਹ ਜਿਹੜੀ ਕਿ ਜਗ੍ਹਾ ਦਿੱਤੀ ਸੀ ਮੈਡੀਕਲ ਕਾਲਜ ਵਾਸਤੇ, ਇੱਥੇ ਜਿਹੜੀ ਕਾਲਜ ਦਾ ਉਦਘਾਟਨ ਕੀਤਾ ਜਾਏਗਾ। ਬੀਜੇਪੀ ਸਰਕਾਰ ਕਹਿੰਦੀ ਅਸੀਂ ਮੈਡੀਕਲ ਕਾਲਜ ਲਿਆਂਦਾ, ਕਾਂਗਰਸ ਕਹਿੰਦੀ ਅਸੀਂ ਕਾਲਜ ਲਿਆਂਦਾ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਸਰਕਾਰ ਲਿਆਂਦਾ। ਇਹ ਹੁਣ ਪਤਾ ਨਹੀਂ ਲੱਗਦਾ ਕੀ ਹੁੰਦਾ, ਕਾਲਜ ਲਿਆਂਦਾ ਵਾ ਕਿ ਸ਼ਾਇਦ ਇੱਥੇ ਸਰਕਸ ਲਿਆਂਦੀ, ਕਦੀ ਇੱਥੇ ਸਰਕਸ ਲੱਗ ਜਾਂਦੀ ਆ, ਕਦੀ ਇੱਥੇ ਪਟਾਕੇ ਲੱਗ ਜਾਂਦੇ ਆ। ਪਿਛਲੇ ਦਿਨੀ ਸੀਐਮ ਭਗਵੰਤ ਮਾਨ ਵੀ ਆਏ ਸੀਗੇ ਇੱਥੇ ਦਾ ਉਦਘਾਟਨ ਕਰਨ ਕਿ ਜਿਹੜਾ ਕਿ ਕਾਲਜ ਆ ਇਹ ਮੈਡੀਕਲ ਕਾਲਜ ਕਿਤਾਬਾਂ ਦੇ ਵਿੱਚ ਹੀ ਤੁਰਿਆ ਰਿਹਾ। ਮੈਂ ਦਿਖਾਉਣਾ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰਾਂ ਜਿਹੜੀਆਂ ਕਿ ਸਾਰੀਆਂ ਦਿਖਾਈਆਂ। ਹੁਣ ਇੱਥੇ ਦੇਖੋ ਇਹ ਸਰਕਾਰ ਦੀ ਜਗ੍ਹਾ ਵਾ, ਇਹ ਹੁਣ ਪਤਾ ਨਹੀਂ ਕੁਛ ਵੀ ਲੱਗ ਰਿਹਾ ਇੱਥੇ ਮੈਡੀਕਲ ਕਾਲਜ ਬਣੇਗਾ ਕਿ ਇਹ ਕੀ ਸਰਕਸ ਬਣੂਗੀ ਕਿ ਕੀ ਇੱਥੇ ਕਬੂਤਰ ਨੱਚਣਗੇ। ਸਾਡੇ ਨਾਲ ਇਸ ਵੇਲੇ ਸੇਵਾ ਦਾ ਹਲਕਾ ਜਿਹੜੇ ਕਿ ਅਵੀ ਰਾਜਪੂਤ ਜੀ ਨਾਲ ਸਰ ਪਹਿਲਾਂ ਤਾਂ ਸਵਾਗਤ ਆ ਜੀ। ਬਹੁਤ ਬਹੁਤ ਧੰਨਵਾਦ ਬਹੁਤ ਜੀ ਤੁਹਾਡਾ, ਸਾਡੇ ਸਾਰੇ ਸਰੋਤਿਆਂ ਦਾ, ਜਿੱਦਾਂ ਹਮੇਸ਼ਾ ਤੁਸੀਂ ਸਾਡੀ ਓਪੋਜੀਸ਼ਨ ਦੇ ਹੁੰਦੇ ਹੋ ਅਤੇ ਆਵਾਜ਼ ਬੁਲੰਦ ਕਰਦੇ ਹੋ, ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋ। ਦੇਖੋ ਜੀ, ਅੱਜ ਤੁਸੀਂ ਵੀ ਗੱਲ ਕੀਤੀ, ਤੁਹਾਨੂੰ ਵੀ ਲੋਕਾਂ ਦੀ ਪੀੜ ਆ ਕਿ ਇੱਥੇ ਮੈਡੀਕਲ ਕਾਲਜ ਬਣੇਗਾ, ਸਰਕਸ ਲੱਗੇਗੀ ਜਾਂ ਇੱਥੇ ਕਬੂਤਰ ਨੱਚਣਗੇ। ਬਿਲਕੁਲ ਤੁਹਾਡਾ ਬਿਲਕੁਲ ਫੈਕਟ ਮਿਲਿਆ ਵਾ ਇਹ ਕੁਸ਼ਚਨ ਆ। ਮੈਂ ਆਪ ਬੜੇ ਮਨ ਦੇ ਦੁਖੀ ਹੋ ਕੇ ਇੱਥੇ ਅੱਜ ਪਹੁੰਚਿਆ ਵਾਂ, ਕਿਉਂਕਿ ਕਪੂਰਥਲਾ ਤਾਂ ਹਮੇਸ਼ਾ ਤੋਂ ਵਾਂਝਾ ਰਿਹਾ ਵਾ, ਭਾਵੇਂ ਉਹ ਸਰਕਾਰ ਕੋਈ ਵੀ ਰਹੀ ਹੋਵੇ। ਮੈਂ ਗੱਲ ਕਰਦਾ ਹੁੰਦਾ ਹਮੇਸ਼ਾ ਕਿ ਮੈਂ ਕਪੂਰਥਲੇ ਦਾ ਵਸਨੀਕ ਪਹਿਲਾਂ ਵਾਂ, ਸਰਕਾਰਾਂ ਵਾਲਾ ਕੰਮ ਬਾਅਦ ਚੋਂ ਆ। ਸਾਡੇ ਕਪੂਰਥਲਿਆਂ ਸ਼ੁਰੂ ਤੋਂ ਜਿਹੜਾ ਵਾ ਮਤਰੇ ਮਾਮ ਵਿਵਹਾਰ ਹੁੰਦਾ ਰਿਹਾ ਵਾ, ਅਤੇ ਅੱਜ ਜੇ ਮੈਡੀਕਲ ਕਾਲਜ ਦਾ ਜੇ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਸਾਹਿਬ ਇੱਥੇ ਨਕਸ਼ੇ ਪਾਸਦਾਂ ਦੇ ਸਭ ਕੁਝ ਕਰਕੇ ਗਏ ਆ, ਅਤੇ ਅਸੀਂ ਸੋਚਦੇ ਸਾਰੇ ਕਪੂਰਥਲਾ ਵਾਲੇ ਕਿ ਇੱਥੇ ਸਾਡਾ ਮੈਡੀਕਲ ਕਾਲਜ ਬਣੂਗਾ, ਅਤੇ ਹੁਣ ਦੇਖ ਹੀ ਰਹੇ ਅਸੀਂ ਇੱਥੇ ਸਰਕਸਾਂ ਚੱਲ ਰਹੀਆਂ ਵਾਂ, ਐਡੇ ਐਡੇ ਵੱਡੇ ਪੱਧਰ ਦੇ ਉੱਤੇ ਟੈਂਟ ਕਨਾਤਾਂ ਲੱਗ ਰਹੀਆਂ ਵਾਂ। ਇਸ ਤੋਂ ਬਾਅਦ ਮੈਨੂੰ ਲੱਗਦਾ ਅੱਜ ਸਰਕਸ ਆਈ ਆ, ਕੱਲ੍ਹ ਨੂੰ ਮੈਨੂੰ ਲੱਗਦਾ ਕੋਈ ਹੋਰ ਕੰਮ ਕਹਿਣਗੇ, ਅਤੇ ਕਦੀ ਇੱਥੇ ਪਟਾਕੇ ਲੱਗਦੇ ਆ। ਸਾਨੂੰ ਇੱਕੋ ਹੀ ਗੱਲ ਦੱਸ ਦੇਣ ਕਪੂਰਥਲਾ ਦੇ ਲੋਕਾਂ ਨੂੰ ਕਿ ਸਾਨੂੰ ਸਿਹਤ ਸਹੂਲਤਾਂ ਮਿਲਣਗੀਆਂ ਕਿ ਅਸੀਂ ਇੱਦਾਂ ਹੀ ਧੱਕੇ ਖਾਂਦੇ ਰਹਾਂਗੇ, ਉਹ ਸਰਕਸਾਂ 'ਤੇ ਅਸੀਂ ਕਿਤੇ ਹੋਰ ਵੀ ਜਾ ਕੇ ਦੇਖ ਲਾਂਗੇ। ਜਿਹੜੀ ਜਗ੍ਹਾ ਮੈਡੀਕਲ ਕਾਲਜ ਰਿਕੁਆਇਰ ਹੋਈ ਆ ਅਸੀਂ ਉਹਦਾ ਦੇਖੀਏ ਕਿਆ ਸਰਕਸਾਂ ਦੇਖੀਏ, ਸਾਡੇ ਤਾਂ ਸਮੇਂ ਤੋਂ ਬਾਹਰ ਚੱਲ ਕੀ ਰਿਹਾ ਵਾ ਜੀ। ਪਰ ਪ੍ਰਸ਼ਾਸਨ ਨੂੰ ਕੁਛ ਨਾ ਕੁਛ ਤਾਂ ਪਤਾ ਹੋਵੇਗਾ ਕਿ ਇਹ ਪ੍ਰਸ਼ਾਸਨ ਕੋਲ ਮਨਜ਼ੂਰੀ ਤਾਂ ਸਰਕਸ ਨੇ ਲਈ ਹੋਏ। ਬਿਲਕੁਲ ਤੁਹਾਡੀ ਗੱਲ ਸੱਚ ਵਾ ਜੀ, ਤੁਸੀਂ ਵੀ ਆਮ ਤੌਰ ਦੇ ਉੱਤੇ ਸਾਰੇ ਸਿਵਲ ਪ੍ਰਸ਼ਾਸਨ 'ਚ ਵਿਚਰਦੇ ਹੋ, ਬਿਨਾਂ ਸਰਕਾਰ ਦੇ ਨੁਮਾਇੰਦਿਆਂ ਦੇ ਜਾਂ ਪ੍ਰਸ਼ਾਸਨ ਦੇ ਇਹ ਏਡਾ ਵੱਡਾ ਪ੍ਰੋਜੈਕਟ ਨਹੀਂ ਚੱਲ ਸਕਦਾ। ਇਹ ਤਾਂ ਹੋ ਨਹੀਂ ਸਕਦਾ ਕਿ ਖਾਲੀ ਜਗ੍ਹਾ ਆਈ, ਟੈਂਟ ਲਾਏ, ਕਨਾਟਾਂ ਲਾਈਆਂ, ਤੰਬੂ ਲਾਏ ਅਤੇ ਕੰਮ ਸ਼ੁਰੂ ਕਰਤਾ, ਇਹ ਉਹ ਵਾਲਾ ਕੰਮ ਨਹੀਂ ਹੁੰਦਾ। ਇਸ ਕਰਕੇ ਪ੍ਰਸ਼ਾਸਨ ਦੀ ਜਿਹੜੇ ਵੀ ਅਧਿਕਾਰੀ ਦੀ ਇਹ 'ਚ ਜ਼ਿੰਮੇਵਾਰੀ ਆ, ਡੀ ਸੀ ਸਾਹਿਬ ਨੂੰ ਚਾਹੀਦਾ ਕਿ ਜਿਹੜਾ ਗੈਰ ਸੰਵਿਧਾਨਿਕ ਤਰੀਕੇ ਨਾਲ ਸਰਕਾਰੀ ਮੈਡੀਕਲ ਕਾਲਜ ਦੀ ਜਗ੍ਹਾ ਦੇ ਉੱਤੇ ਪਰਮਿਸ਼ਨ ਦਿੱਤੀ ਗਈ ਆ, ਉਹਦਾ ਜਲਦ ਤੋਂ ਜਲਦ ਜਿਹੜਾ ਵਾ ਇਹਨੂੰ ਬੰਦ ਕਰਵਾ ਕੇ ਲੋਕਾਂ ਦੀ ਜਿਹੜੀ ਸਹੂਲਤ ਆ ਉਹ ਦਵਾਈ ਜਾਵੇ, ਨਾ ਕਿ ਆ ਸਰਕਸਾਂ ਜਿਹੜੀਆਂ ਦਿਖਾਈਆਂ ਜਾਣ। ਅਤੇ ਹੁਣ ਜਿਹੜਾ ਇੱਥੇ ਆਪਾਂ ਦੇਖਿਆ ਸਰਕਸ ਲੱਗ ਰਹੀ ਆ, ਉਹ ਮੈਡੀਕਲ ਕਾਲਜ ਦਾ ਨੀਂਹ ਪੱਥਰ ਦਾ ਜਦੋਂ ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਬਾਰਿਸ਼ ਬਹੁਤ ਹੁੰਦੀ ਸੀ, ਕੁਛ ਕਾਰਨਾਂ ਰੁਕਾਵਟਾਂ ਕਰਕੇ ਫਿਰੋਜ਼ਪੁਰ ਤੋਂ ਉਹਨਾਂ ਨੇ ਜਿਹੜੇ ਮੈਡੀਕਲ ਕਾਲਜ ਉਦਘਾਟਨ ਕਰਨਾ ਸੀ ਇੱਥੇ ਵੀ ਉਦਘਾਟਨ ਕਰਨੇ। ਬਾਅਦ 'ਚ ਸੀਐਮ ਭਗਵੰਤ ਮਾਨ ਵੀ ਪਿਛਲੇ ਦਿਨੀ ਇੱਥੇ ਆਏ ਸੀ ਮੈਡੀਕਲ ਕਾਲਜ ਦਾ ਉਦਘਾਟਨ ਕਰਨ। ਦੇਖਿਆ ਜਾਵੇ ਕਿ ਮੈਡੀਕਲ ਕਾਲਜ ਕਿਤਾਬਾਂ ਦੇ ਵਿੱਚ ਹੀ ਰਹਿ ਗਿਆ, ਜਦੋਂ ਕਿਸੇ ਪ੍ਰਸ਼ਾਸਕ ਅਧਿਕਾਰੀ ਨਾਲ ਹੁੰਦੀ ਲੀਡਰ ਨਾਲ, ਉਹ ਬੀਜੇਪੀ ਵਾਲੇ ਕਹਿੰਦੇ ਅਸੀਂ ਲੈ ਕੇ ਆਏ ਹਾਂ, ਕਾਂਗਰਸ ਕਹਿੰਦੀ ਅਸੀਂ ਲੈ, ਆਮ ਆਦਮੀ ਪਾਰਟੀ ਕਹਿੰਦੀ ਹੁਣ ਅਸੀਂ ਲੈ ਕੇ ਆਏ, ਇੱਥੇ ਤਾਂ ਹੁਣ ਸਰਕਸਾਂ ਲੱਗੀਆਂ ਸ਼ੁਰੂ ਹੋ ਗਈਆਂ। ਫਿਰ ਮੈਨੂੰ ਤਾਂ ਲੱਗਦਾ ਹੁਣ ਸਾਰਿਆਂ ਨੂੰ ਕ੍ਰੈਡਿਟ ਇਹ 'ਚ ਵੀ ਲੈਣਾ ਚਾਹੀਦਾ ਵਾ, ਜੇ ਮੈਡੀਕਲ ਕਾਲਜ ਜਿਹੜਾ ਕਿ ਆਇਆ ਹੀ ਨੀਗਾ, ਹਵਾ 'ਚ ਹੀ ਰਿਹਾ ਵਾ, ਉਹਦਾ ਕ੍ਰੈਡਿਟ ਬੀਜੇਪੀ, ਕਾਂਗਰਸ, ਆਮ ਆਦਮੀ ਲਹਿਰੀ, ਮੈਂ ਕਹਿੰਦਾ ਲਵੋ ਕ੍ਰੈਡਿਟ। ਮੈਂ ਕਿਸੇ ਨੂੰ ਮਨਾ ਨਹੀਂ ਕਰਦਾ, ਹਰੇਕ ਮਿਹਨਤ ਕਰਦਾ, ਹਰੇਕ ਕ੍ਰੈਡਿਟ ਦਾ ਭੁੱਖਾ ਹੁੰਦਾ, ਪਰ ਕੁਛ ਦਿਖਾਈਏ ਸਹੀ ਜ਼ਮੀਨ ਤੇ। ਅੱਜ ਜਿਹੜਾ ਸਰਕਸ ਆਈ ਆ, ਫਿਰ ਮੈਨੂੰ ਲੱਗਦਾ ਅੱਜ ਸਰਕਸ ਦਾ ਕ੍ਰੈਡਿਟ ਵੀ ਬੀਜੇਪੀ ਦੇ ਜਿਹੜੇ ਨੁਮਾਇੰਦੇ ਆ, ਕਾਂਗਰਸ ਦੇ ਨੁਮਾਇੰਦੇ ਤੇ ਆਮ ਆਦਮੀ ਦੇ ਨੁਮਾਇੰਦੇ ਲੈਣ, ਨਹੀਂ ਤਾਂ ਜੇ ਉਹ ਕ੍ਰੈਡਿਟ ਨਹੀਂ ਲੈਂਦੇ ਫਿਰ ਆ ਕੇ ਇੱਥੇ ਆ ਕੇ ਬੰਦਿਆਂ ਦੇ ਪੁੱਤਾਂ ਵਾਂਗੂ ਆਪਣੇ ਕਪੂਰਥਲੇ ਦੇ ਵਸਨੀਕ ਹੋਣ ਦੇ ਨਾਤੇ ਬਾਹਰ ਆ ਕੇ ਇੱਥੇ ਪ੍ਰੋਟੈਸਟ ਕਰਨ, ਪਤਾ ਲੱਗੇ ਕਿ ਪਹਿਲੋਂ ਕਪੂਰਥਲੇ ਦੇ ਵਸਨੀਕ ਆ, ਪਾਰਟੀ ਬਾਈ ਜਿਹੜੀ ਆ ਉਹ ਬਾਅਦ ਚੋਂ ਆ। ਸੋ ਇਹ ਸਨ ਸਾਡੇ ਨਾਲ ਅਕਾਲੀ ਦਲ ਤੋਂ ਅਵੀ ਰਾਜਪੂਤ। ਜਦੋਂ ਅਸੀਂ ਇੱਥੇ ਦੇ ਪ੍ਰਸ਼ਾਸਕ ਅਧਿਕਾਰੀ ਕਿਸੇ ਵੀ DC ਸਾਹਿਬ ਨੂੰ ਜਾਂ SDM ਸਾਹਿਬ ਨੂੰ ਦੇਖੋ, ਫੋਨ ਲਗਾਇਆ ਜਾਂਦਾ ਵਾ, ਫੋਨ ਕਦੇ ਉਹਨਾਂ ਦਾ ਵੇਟਿੰਗ ਦੇ ਵਿੱਚ ਵੇਟਿੰਗ 'ਚ ਤੁਰ ਜਾਂਦਾ ਵਾ, ਔਰ ਕਦੇ ਗੱਲਬਾਤ ਨਹੀਂ ਹੁੰਦੀ। ਇਹ ਹੁਣ
ਇੱਥੇ ਜਿਹੜੇ ਕਿ ਸੀਐਮ ਭਗਵੰਤ ਮਾਨ ਪਿਛਲੇ ਦਿਨੀ ਵੀ ਆਏ ਸੀ ਇੱਥੇ ਦਾ ਮੈਡੀਕਲ ਕਾਲਜ ਦਾ ਉਦਘਾਟਨ ਕਰਕੇ ਗਏ। ਉਹਨੇ ਕਿਹਾ ਜੀ ਕਿਤਾਬਾਂ ਦੇ ਵਿੱਚ ਤਿਆਰ ਹੋ ਗਿਆ ਤੇ ਨੀਂਹ ਪੱਥਰ ਜਲਦ ਤੋਂ ਜਲਦ ਰੱਖਿਆ ਜਾਊਗਾ। ਇਹਦਾ ਕੰਮ ਵੀ ਸ਼ੁਰੂ ਹੋ ਚੁੱਕਾ ਪਰ ਸਾਨੂੰ ਕਿਤੇ ਕੰਮ ਦੇਖੋ ਸ਼ੁਰੂ ਨਹੀਂ ਹੋ ਚੁੱਕਾ। ਇੱਥੇ ਤੇ ਕਬੂਤਰ ਬੋਲਣ ਲੱਗ ਪਏ, ਹੁਣ ਦੇਖੋ ਇਹ ਇੱਥੇ ਸਰਕਸ ਦੋ ਚਾਰ ਦਿਨ 'ਚ ਸ਼ੁਰੂ ਹੋ ਜਾਊਗੀ। ਇਹ ਤੁਹਾਨੂੰ ਸਿੱਧੀਆਂ ਤਸਵੀਰਾਂ ਸਕਾਈ ਨਿਊਜ਼ ਦੇ ਮਾਧਿਅਮ ਨੇ ਦਿਖਾਈਆਂ, ਜਦਕਿ ਪ੍ਰਸ਼ਾਸਨ ਨੇ ਕਿਸੇ ਨੇ ਅਧਿਕਾਰੀ ਨਾਲ ਗੱਲ ਛੱਡ ਕੇ ਕਿਸੇ ਅਧਿਕਾਰੀ ਨੇ ਸਾਡਾ ਫੋਨ ਨਹੀਂ ਚੱਕਿਆ। ਦੇਖੋ ਹੁਣ ਇੱਥੇ ਮੈਡੀਕਲ ਕਾਲਜ ਬੰਦ ਆ ਕਿ ਲੋਕਾਂ ਨੂੰ ਸਹੂਲਤ ਕੀ ਮਿਲਦੀ ਆ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ। ਕੈਮਰਾਮੈਨ ਰੂਬੀ ਧਾਮੀ ਦੇ ਨਾਲ ਸੁਨੀਲ ਗੋਗਨਾ, ਸਕਾਈ ਨਿਊਜ਼ ਪੰਜਾਬ, ਕਪੂਰਥਲਾ।